आगे हो गया यार। क्या जेडे आप शेयर नहीं खरीदे वो तो एकदम डाउन चल गया यार। 2 लाख का घाटा पै गया पूरे। हुण की करना? ले फोन दे मैं गग्गी नूं फोन करके दसदा हां। गग्गी नूं कल्ली फोन करना तुसी घर जे कितें पैसे का घाटा पै जाए ना किसी नूं बाहर नहीं दसना चाहिए। लोग भी अक्सर उन्हां दी मदद करदे जिन्हां को पहला ही पैसा होए। ठीक है गरीब नूं नहीं कोई पुछदा है। सही गल है यार। चलो कोई नहीं जे घाटा पै गया ना हुण कोई गल नहीं परमात्मा अगर अरदास बेनती करया करो। परमात्मा हर एक की मदद करता बंदा नहीं कोई करता किसी की। बंदा तो बस अजकल दिखावा ही है। चल ठीक है यार। हाँ जी ਤਜਿੰਦਰ ਆ ਤੁਹਾਡੇ ਫਰੈਂਡ ਆਇਆ ਤੇ ਕਾਰਡ ਦੇ ਕੇ ਗਿਆ ਆਪਣੇ ਵਿਆਹ ਦਾ। ਕਿਹੜੇ ਫਰੈਂਡ ਦਾ ਵਿਆਹ ਆ ਗਿਆ? ਦੇਖ ਲਓ ਤੇ ਨਾਮ ਲਿਖਿਆ ਆ। ਤੁਸੀਂ ਘਰ ਨਹੀਂ ਹੈਗੇ ਉਹਨੂੰ ਜਲਦੀ ਹੀ ਵਿਚਾਰੇ ਨੂੰ ਚਲ ਗਿਆ ਫਿਰ ਇੱਦਾਂ ਹੀ ਕਾਰਡ ਦੇ ਕੇ। ਅਮਨਪ੍ਰੀਤ ਸਿੰਘ ਵਿਦ ਸਿਮਰਜੀਤ ਕੌਰ। ਅੱਛਾ ਅਮਨ ਦਾ ਵਿਆਹ ਆ ਗਿਆ। ਉਹ ਇਹਦੇ ਵਿਆਹ 'ਚ ਜਾਣਾ ਯਾਰ। ਕਿਉਂ ਇਹਦੇ ਵਿਆਹ ਕਿਉਂ ਨਹੀਂ ਜਾਣਾ? ਉਹ ਇਹਦੇ ਵਿਆਹ 'ਤੇ ਕਿਹੜਾ ਕੋਈ ਖਾਣ ਪੀਣ ਹੋਣਾ ਚੱਜਦਾ ਨਾ ਕੋਈ ਅਰੇਂਜਮੈਂਟ ਹੋਣਾ ਚੱਜਦਾ। ਉੱਥੇ ਜਾ ਕੇ ਕਰਨਾ ਹੀ ਆ ਐਵੇਂ ਟਾਈਮ ਵੇਸਟ ਹੀ ਆ ਗਰਮੀ 'ਚ ਨਾ ਏਸੀ ਪੈਲਸ ਕੀਤਾ ਹੋਣਾ ਇਹਨਾਂ ਨੇ। ਤਜਿੰਦਰ ਉਹ ਦਿਨ ਭੁੱਲ ਗਏ ਜਦੋਂ ਤੁਸੀਂ ਉਹਦੇ ਘਰ ਰਹਿੰਦੇ ਸੀ ਅਤੇ ਉਹ ਤੁਹਾਡੇ ਘਰ ਰਹਿੰਦਾ ਸੀ। ਕਿੰਨਾ ਮੇਲ ਜੋਲ ਸੀ ਤੁਹਾਡੇ ਦੋਨਾਂ ਦਾ। ਉਹ ਤੁਹਾਡੇ ਘਰ ਰਹਿੰਦਾ ਸੀ ਤੁਸੀਂ ਉਹਨਾਂ ਦੇ ਘਰ ਇਕੱਠੇ ਖਾਂਦੇ ਹੁੰਦੇ ਸੀ ਸਾਰਾ ਹਰ ਇੱਕ ਗੱਲ ਇੱਕ ਦੂਜੇ ਨਾਲ ਸ਼ੇਅਰ ਕਰਦੇ ਸੀ। ਅਤੇ ਅੱਜ ਤੁਹਾਨੂੰ ਹੰਕਾਰ ਹੋ ਗਿਆ ਤੁਹਾਡੇ ਕੋਲ 4 ਪੈਸੇ ਆ ਗਏ ਅਤੇ ਹੰਕਾਰ ਬਹੁਤ ਭੁੱਖਾ ਹੁੰਦਾ ਵਾ। ਇਹਦੀ ਫੇਵਰੇਟ ਖੁਰਾਕ ਹੁੰਦੀ ਆ ਰਿਸ਼ਤੇ। ਠੀਕ ਆ ਇਹਨਾਂ ਨੂੰ ਬਚਾ ਕੇ ਰੱਖੋ ਟੁੱਟਣ ਨਾ ਦਿਓ ਇਹਨਾਂ ਰਿਸ਼ਤਿਆਂ ਨੂੰ। ਪੈਸੇ ਦਾ ਕੀ ਉਹ ਤਾਂ ਆਉਂਦੇ ਜਾਂਦੇ ਰਹਿੰਦੇ ਆ ਪਰ ਅਮਨ ਨੇ ਤੁਹਾਡਾ ਹਮੇਸ਼ਾ ਸਾਥ ਦਿੱਤਾ ਵਾ ਅਤੇ ਅੱਜ ਤੁਸੀਂ ਉਹਦਾ ਸਾਥ ਨਹੀਂ ਜੇ ਦੇਣ ਦਿਆਂਗੇ। ਠੀਕ ਆ ਹੰਕਾਰ ਨੂੰ ਅੱਗੇ ਨਾ ਆਉਣ ਦਿਓ ਰਿਸ਼ਤਿਆਂ ਨੂੰ ਬਚਾ ਕੇ ਰੱਖੋ। ਚਲ ਠੀਕ ਹੈ ਮੈਂ ਦੇਖਦਾ ਭਲਾ ਕਿੱਥੇ ਬੁੱਕ ਕਰਾਇਆ ਇਹਨਾਂ ਨੇ। ਹਾਂਜੀ ਅੱਜ ਉਹਨੂੰ ਲੋੜ ਆ ਤੁਹਾਡੀ। ਠੀਕ ਆ ਓ ਹਾਂਜੀ ਹਾਂਜੀ ਕੀ ਹਾਲ ਜੀ? ਠੀਕ ਆ ਠੀਕ ਆ ਜੀ। ਹਾਂਜੀ ਕੱਲ੍ਹ ਮਿਲੇ ਸੀ ਨਾ ਆਪਾਂ। ਹਾਂਜੀ ਹਾਂਜੀ ਹੋਰ ਸੁਣਾਓ ਕਿਸ ਤਰ੍ਹਾਂ ਪਰਿਵਾਰ ਸਭ ਠੀਕ ਠਾਕ? ਅੱਛਾ ਅੱਛਾ ਠੀਕ ਹੈ ਜੀ ਚਲੋ ਵਧੀਆ ਚਾਹੀਦਾ ਜੀ ਵਧੀਆ ਚਾਹੀਦਾ। ਹਾਂਜੀ 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 ਵਟਸਐਪ ਨੰਬਰ ਹੀ ਇਹੋ ਹੀ ਹੈ ਜੀ। ਹਾਂ ਠੀਕ ਠੀਕ ਹੈ ਵੀਰ ਜੀ ਕੋਈ ਗੱਲ ਨਹੀਂ ਜੀ ਜਦੋਂ ਮਰਜ਼ੀ ਫੋਨ ਕਰੋ ਤੁਸੀਂ। ਹਾਂਜੀ ਹਾਂਜੀ ਓਕੇ ਜੀ ਓਕੇ ਸਤਿ ਸ਼੍ਰੀ ਅਕਾਲ ਜੀ। ਕੌਣ ਸੀ? ਉਹ ਕੱਲ੍ਹ ਦੁਕਾਨ 'ਤੇ ਨਾ ਨਵਾਂ ਕਸਟਮਰ ਆਇਆ ਸੀਗਾ। ਅੱਛਾ ਅਤੇ ਉਹ ਮੇਰਾ ਨੰਬਰ ਲਿਆ ਕੇ ਗਿਆ ਸੀ ਅਤੇ ਫੋਨ ਕਰਨ ਡਿਆ ਸੀ ਅਤੇ ਤੈਨੂੰ ਪਤਾ ਹੁਣ ਜੇ ਮੈਂ ਨਾ ਫੋਨ ਚੁੱਕਦਾ ਅਤੇ ਉਹਨੇ ਸੋਚਣਾ ਸੀ ਵੀ ਪਤਾ ਨਹੀਂ ਕਿੱਦਾਂ ਦਾ ਆਕੜਖੋਰ ਬੰਦਾ ਹੈ ਨਾ ਫੋਨ ਹੀ ਨਹੀਂ ਚੁੱਕਣ ਡਿਆ ਤਾਂ ਕਰਕੇ ਫਿਰ ਚੁੱਕਣਾ ਹੀ ਪਿਆ। ਅੱਛਾ ਟੀਵੀ ਤੋਂ ਵੀ ਚੱਜ ਦੀ ਨਿਊਜ਼ ਲਗਾਓ। ਹਾਂ ਹਾਂ ਕਿਹਦਾ ਫੋਨ ਆ ਗਿਆ? ਓਹੋ ਯਾਰ ਆ ਪਤਾ ਨਹੀਂ ਕਿਉਂ ਫੋਨ ਕਰਦਾ ਰਹਿੰਦਾ ਵਾ। ਕੌਣ? ਸੰਨੀ ਆ। ਇਹਨੂੰ ਹੋਰ ਕੋਈ ਕੰਮ ਹੀ ਨਹੀਂ ਆ ਜਦੋਂ ਜੀ ਕੀਤਾ ਬਸ ਫੋਨ ਕਰ ਲਿਆ ਜਦੋਂ ਵਿਹਲਾ ਹੁੰਦਾ ਚੱਲ ਫੋਨ ਤਜਿੰਦਰ ਨੂੰ। ਚੁੱਕ ਲਓ ਵਿਚਾਰੇ ਨੂੰ ਕੰਮ ਹੋਊਗਾ। ਉਹ ਮੈਂ ਨਹੀਂ ਚੁੱਕਣਾ ਯਾਰ ਇਹਦਾ ਫੋਨ। ਚੁੱਕ ਲਓ ਤੁਹਾਡੇ ਮਾਮਾ ਜੀ ਦਾ ਬੇਟਾ ਵਾ। ਉਹ ਰਹਿਣ ਦੇ ਯਾਰ ਇਹਦੇ ਵਿਹਲਾ ਆ ਜਦੋਂ ਮਰਜ਼ੀ ਫੋਨ ਹੀ ਕਰਦਾ ਰਹਿੰਦਾ ਵਾ। ਤਾਂ ਅਗਲੇ ਨੂੰ ਕੰਮ ਹੋਊਗਾ ਫਿਰ ਹੀ ਕੀਤਾ ਉਹਨੇ। ਉਹ ਕੰਮ ਮੈਨੂੰ ਪਤਾ ਇਹਨੂੰ ਕਿਹੜਾ ਹੈ। ਤਜਿੰਦਰ ਤੁਹਾਨੂੰ ਪਤਾ ਨਾ ਇਨਸਾਨ ਦੀ ਅੱਧੀ ਜ਼ਿੰਦਗੀ ਇੱਦਾਂ ਨਿਕਲ ਜਾਂਦੀ ਆ। ਕਿੱਦਾਂ? ਬੇਗਾਨੇ ਨੂੰ ਹਾਂਜੀ ਹਾਂਜੀ ਕਰੀ ਜਾਣਾ ਇਮਪ੍ਰੈਸ ਕਰੀ ਜਾਣਾ ਨਵੇਂ ਬੰਦੇ ਨੂੰ ਅਤੇ ਜਿਹੜਾ ਆਪਣਾ ਹੋਏ ਕੋਈ ਉਹਨੂੰ ਇਗਨੋਰ ਕਰੀ ਜਾਣਾ ਉਹਦੇ ਵੱਲ ਧਿਆਨ ਹੀ ਨਹੀਂ ਦੇਣਾ ਹੈਗਾ। ਅਸੀਂ ਬਸ ਸੋਚਦੇ ਵੀ ਨਵਾਂ ਬੰਦਾ ਸਾਡੇ ਤੋਂ ਇਮਪ੍ਰੈਸ ਹੋ ਜਾਵੇ ਸਾਡੇ ਕੰਮ ਆ ਜਾਵੇ ਬਸ ਉਹ। ਅਤੇ ਇੱਦਾਂ ਕਰਨ ਨਾਲ ਨਾ ਜਿਹੜੇ ਆਪਣੇ ਹੁੰਦੇ ਨਾ ਉਹ ਵੀ ਰਿਸ਼ਤੇ ਟੁੱਟ ਜਾਂਦੇ ਆ।
ਜਿੰਨਾ ਉਹਨਾਂ ਨੂੰ ਇਗਨੋਰ ਕਰੋਗੇ ਨਾ ਉਹਨਾਂ ਟੁੱਟ ਜਾਣਾ ਰਿਸ਼ਤਾ। ਹਾਂ ਯਾਰ ਮੈਂ ਹੁਣੇ ਫੋਨ ਕਰਦਾ ਵਾਂ ਉਹਨੂੰ ਸਮਝ ਜੀ। ਹੈਲੋ ਹਾਂ ਸਨੀ ਕੀ ਹਾਲ ਚਾਲ ਆ? ਚਾਹ ਕਰਾਂ ਗੱਲ। ਹਾਂ ਵਧੀਆ ਵਧੀਆ ਭਰਾ ਵਧੀਆ। ਕੀ ਕਰਦਾ ਹੁਣ ਅੱਜ ਕੱਲ੍ਹ? ਸੰਦੀਪ ਹਾਂਜੀ ਯਾਰ ਉਧਰੋਂ ਮੇਰਾ ਫੋਨ ਲਿਆਈ ਹਾਂ, ਕੱਲ੍ਹ ਮੰਮੀ ਦਾ ਫੋਨ ਆਉਣ ਡਿਆ ਸੀਗਾ, ਕਹਿਣ ਡਿਆ ਸੀ ਪੈਸੇ ਚਾਹੀਦੇ ਥੋੜ੍ਹੇ ਜਿਹੇ। ਅੱਛਾ ਅਤੇ ਮੈਂ ਮੰਮੀ ਨੂੰ ਟ੍ਰਾਂਸਫਰ ਕਰਦਾ ਪੈਸੇ। ਤਜਿੰਦਰ ਅਸੀਂ ਮੰਮੀ ਹੁਣਾਂ ਕੋਲ ਹੋਈ ਹੋਣੇ ਆ, ਨਾਲੇ ਉਹਨਾਂ ਨੂੰ ਮਿਲ ਆਵਾਂਗੇ, ਨਾਲੇ ਪੈਸੇ ਦੇ ਦਿਓ ਉਹਨਾਂ ਨੂੰ। ਉਹ ਨਹੀਂ ਯਾਰ ਤੈਨੂੰ ਪਤਾ ਫਿਰ ਇੱਕ ਦਿਨ ਦੁਕਾਨ ਬੰਦ ਰਹਿਣੀ ਹੈ, ਕਿੰਨਾ ਨੁਕਸਾਨ ਹੋਣਾ ਆ, ਇੱਥੇ ਬੈਠਾ ਬੈਠਾ ਟ੍ਰਾਂਸਫਰ ਕਰ ਦਿੰਦਾ ਪੈਸੇ। ਪੈਸੇ ਵੀ ਤਾਂ ਮੰਮੀ ਹੋਣਾਂ ਲਈ ਦੇ ਜਾਣਾ ਕਮਾਉਣ, ਨਾਲੇ ਉਹ ਵੀ ਖੁਸ਼ ਹੋ ਜਾਣਗੇ। ਤਜਿੰਦਰ ਸਾਰੀ ਉਮਰ ਪੈਸੇ ਕਮਾਉਂਦਿਆਂ ਲੰਘ ਜਾਂਦੀ ਆ, ਪਰ ਅਸਲੀ ਖੁਸ਼ੀ ਨਹੀਂ ਮਿਲਦੀ ਹੈਗੀ ਜੋ ਮੰਮੀ ਹੋਣਾਂ ਨਾਲ ਮਿਲਣੀ ਆ, ਇਕੱਠੇ ਰਹਿ ਕੇ ਉਹਨਾਂ ਨਾਲ। ਬੰਦਾ ਆਪਣੀ ਸਾਰੀ ਉਮਰ ਕਰ ਦਿੰਦਾ ਅਮੀਰ ਬਣਨ 'ਚ, ਪਰ ਅਸਲੀ ਅਮੀਰ ਮਾਂ ਬਾਪ ਉਹ ਹੁੰਦੇ ਆ ਜਿਹਦੀ ਔਲਾਦ ਚੰਗੀ ਹੋਏ, ਜਿਹੜੇ ਮਾਂ ਬਾਪ ਬੱਚਿਆਂ ਨਾਲ ਟਾਈਮ ਸਪੈਂਡ ਕਰਦੇ ਆ। ਜੇ ਤੁਸੀਂ ਮੰਮੀ ਉਹਨਾਂ ਨੂੰ ਅਮੀਰ ਬਣਾਉਣਾ ਹੀ ਚਾਹੁੰਦੇ ਜੇ ਨਾ, ਤਾਂ ਉਹਨਾਂ ਨਾਲ ਟਾਈਮ ਸਪੈਂਡ ਕਰੋ, ਉਹਨਾਂ ਨੂੰ ਛੋਟੀ ਛੋਟੀ ਖੁਸ਼ੀ ਦਿਓ। ਜਿੱਦਾਂ ਹੁਣ ਉਹਨਾਂ ਨਾਲ ਪੈਸੇ ਮੰਗੇ ਉਹਨਾਂ ਨੇ, ਤਾਂ ਤੁਸੀਂ ਇੱਥੋਂ ਟ੍ਰਾਂਸਫਰ ਕਰ ਦਿਓਗੇ, ਉਹਨਾਂ ਨੂੰ ਪੈਸੇ ਤਾਂ ਮਿਲ ਜਾਣਗੇ, ਪਰ ਉਹ ਖੁਸ਼ੀ ਨਹੀਂ ਮਿਲਣੀ ਜਿਹੜੀ ਤੁਹਾਨੂੰ ਵੇਖ ਕੇ ਹੋਣੀ ਉਹਨਾਂ ਨੂੰ। ਚੱਲ ਠੀਕ ਆ ਸੰਦੀਪ, ਤੁਸੀਂ ਸਮਾਨ ਪੈਕ ਕਰ, ਫਿਰ ਆਪਾਂ ਹੁਣੇ ਚੱਲਦੇ ਹਾਂ। ਠੀਕ ਆ ਜੀ, ਠੀਕ ਆ। ਅੱਧਾ ਘੰਟਾ ਲੱਗਣਾ ਸਾਰਾ ਜਾਣ ਨੂੰ, ਅਤੇ ਫਿਰ ਮਿਲ ਕੇ ਤਾਂ ਆ ਜਾਂਦੇ। ਚਲੋ ਠੀਕ ਆ, ਫਿਰ ਸਵੇਰੇ ਹੀ ਆਵਾਂਗੇ। ਠੀਕ ਆ, ਠੀਕ ਆ, ਚਲੋ।